ਕਿਉਂਕਿ ਇਹ ਪਹਿਲਿਆਂ ਤੋਂ ਵੀ ਮਸ਼ਹੂਰ ਆ ਨਾ ਜੇ ਇਹਦੇ ਡੈਫਰਮ ਵਾਲਾ ਜ਼ੋਰ ਬਹੁਤ ਮਾਰਦਾ ਰੇਟਰ 36 ਦਾ ਫੋਰ ਤੇ ਆ ਮੈਸੀ ਇਹਦੇ ਬਰੋਬਰ ਕੋਈ ਨੀ ਜੇ ਡੈਫਰਮ ਪਾੜ ਲਓ ਤੇ ਰੇਸ ਦੇ ਬਰੋਬਰ ਵੀ ਕੋਈ ਨੀ ਉਹ ਤੋਂ ਬਾਅਦ 27 ਸਕੋਟ 37 ਸਕੋਟ ਫੇਰ ਐਂਟਰ ਆਇਆ ਉਸ ਤੋਂ ਬਾਅਦ ਮੈਸੀ ਆਇਆ ਉਹ ਤੋਂ ਬਾਅਦ ਮੈਸੀ ਆਇਆ ਕੱਲ ਮੈਂ ਨੋਟ ਕਰ ਲਈ ਹਾਂਜੀ ਹਾਂਜੀ ਮੈਸੀ ਆ ਗਿਆ ਉਹ ਤੋਂ ਬਾਅਦ ਫੇਰ 3000 ਫੋਰ ਆਇਆ ਬਾਹਰ ਲਾ ਪੈਸੇ ਯਾਰ ਲਾ ਕਿੰਨੇ ਦਿੱਤੇ ਇੱਥੇ ਭਾਜੀ ਇਹਦੇ ਤੇ ਲੱਗਾ ਆਪਣਾ ਸਾਰਾ 40,000 ਰੁਪਇਆ ਲੱਗ ਜਾਂਦਾ ਆਪਾਂ ਕੀ ਟਰੈਕਟਰ ਉਹਨੂੰ ਇਸੇ ਹਿਸਾਬ ਨਾਲ ਤਿਆਰ ਕੀਤਾ ਕਿ ਘਰ ਖੜਾ ਇਹ ਨਾ ਹੋਵੇ ਕਿ ਥੱਲੇ ਟੈਪ ਕੱਟ ਗਿਆ ਹੋਵੇ ਇੱਕ ਕੋਠੀ ਚ ਟਰੈਕਟਰ ਖੜਾ ਆਪਣਾ ਥੱਲੇ ਟੈਪਕੇ ਨਾਲ ਚੋਈ ਜਾਵੇ ਅੱਛਾ ਉਹ ਨਹੀਂ ਕਿਤੇ ਬਾਪੂ ਜੀ ਤੁਹਾਨੂੰ ਕਿਹੜਾ ਪਸੰਦ ਆ ਟਰੈਕਟਰ ਹੈ ਤੁਹਾਨੂੰ ਕਿਹੜਾ ਪਸੰਦ ਇਹ ਤਾਂ ਦੇਖਣ ਨੂੰ ਵਧੀਆ ਪਰ ਆਪ ਟਰੈਕਟਰ ਉਹ ਆਪਣੇ ਬੈਸ ਬਤਾਰਕ ਆਹਾ ਪਰ ਹੁਣ ਆਪਾਂ ਅਪਗ੍ਰੇਡ ਕੀਤਾ ਇਹਨੂੰ ਹਾਂ ਜੀ ਜੇ 4 ਸਪੀਡ ਬਣਾਤਾ 4 ਸਪੀਡ ਬਣਾਤਾ ਉਹਦਾ 3 ਗੇਅਰ ਵਾਲਾ ਸੀ ਇਹਦਾ ਸੁੱਖ ਕੀ ਬਣ ਗਿਆ ਹੁਣ ਆਪਾਂ ਨੂੰ ਤੋਰਾ ਵੱਧ ਗਿਆ ਤੋਰਾ ਵੱਧ ਗਿਆ ਹਾਂ ਪਰ ਇੱਕ ਚੀਜ਼ ਮੰਨ ਲਓ ਬਾਈ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਸੀਗੀਆਂ ਹਾਂ ਅਕਲ ਕਰ ਗਏ ਹਾਣੀ ਸੀ ਦੋਨੇ ਆਹੀ ਇੱਕ ਆ ਪਿੰਡਾ ਜਾ ਜੀ ਜਾ ਵੀ ਕਿਸੇ ਨੂੰ ਕੋਈ ਹੈ ਨਹੀਂ ਵੀ ਤੇ ਦੇ ਨਾਲ ਰੁਕਦੇ ਆ ਕਿ ਯਾਰ ਫੇਰਾਂ ਜਾ ਚੀਜ਼ਾਂ ਹੈ ਨਹੀਂ ਇਹ ਸਭ ਤੋਂ ਵਧੀਆ ਹੈਗਾ ਬਣਾਈ ਲਈ ਤੇ ਕੱਪ ਲਾਉਣੀ ਆਹ ਦੇਖ ਲਓ ਅਪਲੋ ਪਹਿਲੀਆਂ ਚ ਖਿੱਚਦਾ ਹੁੰਦਾ ਸੀਗਾ ਅੱਛਾ ਪਿੱਛੇ ਉਹ ਲੋਗੋ ਬਣਿਆ ਹੀ ਆਉਂਦਾ ਆ ਮੈਸੀ ਨੂੰ ਤੇ ਦੂਜਾ ਇਹ ਆ ਇਹਦੀ ਕਟਾਈ ਸਭ ਤੋਂ ਜ਼ਿਆਦੀ ਆ ਆਲੂ ਜਿੱਦਾਂ ਹੁਣ ਆਲੂ ਦੀ ਬਣਾਈ ਕਰਦੇ ਆ ਆਲੂ ਇੱਕ ਵਾਰੀ ਛੈਲ ਹੋ ਗਿਆ ਭਾਜੀ ਡੈਡ ਹਾਂ ਇਹਨਾਂ ਨੇ ਆਲੂ ਛੈਲਣਾ ਨਹੀਂ ਉਹਨਾਂ ਦੇ ਲੰਘ ਜਾਣਾ ਤੇ ਆਲੂ ਵੀ ਤੁਹਾਡਾ ਸੇਫ ਰਹੂਗਾ ਯਾਨੀ ਪੂਰੀ ਤੁਹਾਡੀ ਫਸਲ ਸੈੱਡਾਂ ਦੀ ਫਸਲ ਨਹੀਂ ਮਾਦੀ ਮੈਂ ਛੋਟੇ ਹੁੰਦੇ ਇਹ ਚੀਜ਼ ਦੇਖੀ ਜੀ ਅੱਜ ਬਹੁਤ ਟਾਈਮ ਬਾਅਦ ਦੇਖੀ ਕਿ ਫੱਟਾ ਲਾਇਆ ਵਿੱਚੇ ਹੈ ਮੈਂ ਵੀ ਹੋਈ ਦੇਖੀਦਾ ਹੁੰਦਾ ਮਤਲਬ ਐ ਆ ਬਾਈ ਜੱਟਾਂ ਕੋਲ ਇਹ ਨਾ ਕਿਹਾ ਕਰੋ ਕਿ ਪੈਸਾ ਵਾਧੂਗਾ ਜੱਟਾਂ ਕੋਲ ਪਿਆਰ ਵਾਧੂਗਾ ਪਿਆਰ ਵਾਧੂ ਰੀਝ ਵਾਧੂਗਾ ਆਪਦੇ ਸੰਦਾਂ ਸੇੜਿਆਂ ਦੇ ਲਈ ਲੋਹੇ ਦੇ ਲਈ ਟਰੈਕਟਰਾਂ ਦੇ ਲਈ ਕਿਸੇ ਦੇ ਪੇ ਵਰਗਾ ਆ ਕਿਸੇ ਦੇ ਪੁੱਤ ਵਰਗਾ ਆ ਉਹ ਚੀਜ਼ਾਂ ਇਹ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਅਤੇ ਗੱਲਬਾਤ ਐਂ ਬਾਈ ਜੀ ਖੜਿਆ ਦੁਆਬੇ 'ਚ ਹੈ ਅਤੇ ਨੋਰਮਲੀ ਆਪਣੇ ਪੇਜ ਦੇ ਉੱਪਰ ਆਪਣੇ ਚੈਨਲ 'ਤੇ ਆਪਾਂ ਦਿਖਾਉਂਦੇ ਹਾਂ ਟਰੈਕਟਰ ਮੋਡੀਫਾਈ ਗੱਡੀਆਂ ਹੈ ਇੱਧਰ ਸੰਦ ਸੇੜੇ ਜੇ ਬਹੁਤ ਦਿਖਾ ਦਿੰਦੇ ਹਾਂ ਪਰ ਅੱਜ ਜਿਹੜਾ ਟਰੈਕਟਰ ਦਿਖਾਉਣ ਲੱਗਿਆ ਮਿੱਤਰੋ ਓਰੀਜਨਲ ਅਤੇ ਹੁਸਨ ਪੈਂਦਾ ਡੁੱਲ ਡੁੱਲ ਕੇ ਹੈ ਇਹ ਬਾਈ ਜੀ ਮੈਸੀ ਅਤੇ ਪਿੰਡ ਹੈਗਾ ਚੱਕ ਸਾਬੂ ਅਤੇ ਨਾਲ ਸਾਡੇ ਬੰਦਾ ਬਾਈ ਤੁਸੀਂ ਪਹਿਲੀ ਪਛਾਣ ਲੈਣਾ ਬਾਈ ਦਲਜਿੰਦਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਨਾਲ ਬਾਈ ਲਖਵੀਰ ਬਾਈ ਹੈ ਨਾ ਅਤੇ ਪਿੰਡ ਹੈਗਾ ਬਾਈ ਚੱਕ ਸਾਬੂ ਇਹ ਪੈਂਦਾ ਆਪਣੇ ਅਪਰੇ ਦੇ ਨਾਲ ਹੈ ਨਾ ਫਗਵਾੜੇ ਕੋਲ ਫਗਵਾੜੇ ਲਾ ਲਓ ਅਤੇ ਜਿਹੜੇ ਵੀ ਬਾਈ ਨੇ ਆਉਣਾ ਟਰੈਕਟਰ ਦੇਖਣਾ ਹੋਵੇ ਤਾਂ ਪਿੰਡ ਆ ਕੇ ਦੇਖ ਸਕਦੇ ਹੁਣ ਇਹਨੂੰ ਦੇਖ ਕੇ ਬਹੁਤਿਆਂ ਦੇ ਫੋਨ ਆਉਣੇ ਆ ਤੁਹਾਨੂੰ ਪਹਿਲਾਂ ਤਾਂ ਉਹਨਾਂ ਨੇ ਇਹ ਕਹਿਣਾ ਵੀ ਇੱਥੇ ਪੈਸਾ ਬਹੁਤ ਆਇਆ ਹਾਂ ਸਭ ਤੋਂ ਵੱਡੀ ਗੱਲ ਇੱਦਾਂ ਨਹੀਂ ਕਹਿਣਾ ਨਾ ਕਿ ਜੱਟਾਂ ਕੋਲ ਪੈਸਾ ਵਾਧੂਗਾ ਇਹ ਵੀ ਗੱਲ ਸਹੀ ਆ ਅਤੇ ਬਾਈ ਟਰੈਕਟਰ ਹੈਗਾ ਮੈਸੀ 35 ਜਿਹਨੂੰ ਕਹਿ ਦਿੰਦੇ ਆਪਾਂ ਚੇਨ ਵਾਲਾ ਮੈਸੀ ਹੈ ਨਾ ਬਾਈ ਜੀ ਹਾਂਜੀ ਹੁਣ ਜਿਵੇਂ ਐਂ ਦੇਖਦੇ ਆ ਨਾ ਇੱਦਾਂ ਦੇਖ ਕੇ ਐਂ ਤਾਂ ਪਤਾ ਲੱਗਦਾ ਕਿ ਬਾਈ ਤਿਆਰ ਕਰਾਏ ਆ ਹੈ ਨਾ ਅਤੇ ਟਰੈਕਟਰ ਤਾਂ ਬਾਈ ਪਹਿਲਾਂ ਇਹ ਦੱਸ ਦਈਏ ਕਿ ਜਦੋਂ ਇਹ ਟਰੈਕਟਰ ਮੈਂ ਉਹ ਫੋਟੋ ਜੀ ਦਿਖਾਉਂਦਾ ਤੁਸੀਂ ਤੇ ਜਮਾਂ ਲਾਸ਼ ਚੱਕ ਕੇ ਲੈ ਕੇ ਗਏ ਉਹ ਟਾਰਜਨ ਫਿਲਮ ਵਾਲਾ ਹਾਲ ਸੀਗਾ ਹਾਂ ਵੀ ਚੱਕ ਗਏ ਹਨ ਸਿਵਿਆਂ ਦੇ ਦੁਬਾਰਾ ਜੋੜਿਆ ਸਿਵਿਆਂ ਚ ਦੁਬਾਰਾ ਜੋੜਤਾ ਹੈ ਨਾ ਟਰੈਕਟਰ ਕਿ ਜਿਵੇਂ ਉਹ ਇੱਕ ਗੱਲ ਆਪਾਂ ਪਹਿਲਾਂ ਰੀਲ ਬਣਾਉਣ ਨੂੰ ਕਰਦੇ ਸੀਗੇ ਕਿ ਜੱਟ ਜੇ ਇਹ ਜੱਟ ਨੂੰ ਮਰਨ ਨਹੀਂ ਦਿੰਦਾ ਤੇ ਜੱਟੇ ਨੂੰ ਨਹੀਂ ਮਰਨ ਦਿੰਦਾ ਕਦੀ ਵੀ ਜੱਟੇ ਨੂੰ ਮਰਨ ਨਹੀਂ ਦਿੰਦਾ ਹੈ ਨਾ ਇਹ ਉਹ ਵਾਲੀ ਚੀਜ਼ ਆ ਬਾਈ ਹੈ ਨਾ ਪੱਕੇ ਯਾਰ ਹੈ ਉਹ ਵਾਲਾ ਹਿਸਾਬ ਆ ਆਹਾ ਉਹ ਇਹ ਮਾਡਲ ਹੈਗਾ ਬਾਈ ਜੀ ਇਹ 83 ਮਾਡਲ ਹੈ ਹਾਂਜੀ ਹਾਂਜੀ ਤੇ ਜਿਵੇਂ ਬਾਈ ਇਸ ਟਰੈਕਟਰ ਦੀ ਆਪਾਂ ਗੱਲ ਕਰੀਏ ਪਹਿਲਾਂ ਕਿੱਦਾਂ ਦਾ ਸੀਗਾ ਤਾਂ ਹੁਣ ਕੀ ਬਣਾਤਾ ਪ੍ਰੋਪਰ ਦੱਸ ਦਈਏ ਭਾਜੀ ਜ਼ਮੀਨ ਅਸਮਾਨ ਦਾ ਹੀ ਫਰਕ ਲਾ ਲਓ ਹਾਂ ਕਿਵੇਂ ਨਾ ਬਸ ਸੇਵਾ ਤੇ ਬੰਦਾ ਜਾ ਕੇ ਲਿਆ ਨਾ ਮੈਨੂੰ ਵੀਡੀਓ ਫੋਟੋਆਂ ਦੇ ਦੇਵਾਂਗੇ ਇਦਾਂ ਵਿੱਚ ਉਹ ਸ਼ੋਅ ਕਰ ਦਿਓ ਮੜੇ ਜੀ ਯਾਨੀ ਕੋਈ ਕਹਿ ਨਹੀਂ ਸਕਦਾ ਸੀ ਦੁਬਾਰਾ ਇਹ ਰੂਪ ਟਰੈਕਟਰ ਨੂੰ ਮਿਲ ਸਕਦਾ ਦੁਬਾਰਾ ਜਾਨ ਪਾ ਕੇ ਦੁਬਾਰਾ ਐਸੇ ਜਦ ਕਹਿ ਲਓ ਆਪਾਂ ਇੱਕ ਬੁੱਢੇ ਦੀ ਤੇ ਦੁਬਾਰਾ ਉਹਨੂੰ ਨੌਜਵਾਨੀ ਵਿੱਚ ਲਿਆਉਣਾ ਹੋਵੇ ਹਾਂ ਭਲਵਾਨੀ ਕਰਵਾ ਕੇ ਇੱਕ ਹੋਰ ਭਾਜੀ ਇਹਦਾ ਫਰਕ ਆ ਆਮ ਟਰੈਕਟਰਾਂ ਨਾਲੋਂ ਆਹਾ ਅੱਗੇ ਦਾ ਆਪਾਂ ਇੰਜਨ ਬਦਲੀ ਗਾਲੀ ਦਾ ਕੁਝ ਵੀ ਉਹ ਚ ਪੈਸੇ ਬਹੁਤ ਘੱਟ ਲੱਗਦੇ ਅੱਜ ਜੇ ਆਪਾਂ ਮੋਡੀਫਾਈ ਕਰਨਾ ਹਾਂ ਇੰਜਨ ਤੇ ਲਾ ਲਓ ਉਦਾਂ ਲੈਣਾ ਆਪਾਂ 40,000 ਦਾ ਜੇ ਇਹਨੂੰ ਸੈੱਟ ਕਰਨਾ ਹੋਵੇ 60-70,000 ਰੁਪਇਆ ਲੱਗ ਜਾਂਦਾ ਇੱਥੇ ਖਰਚਾ ਵੱਧ ਲੱਗਦਾ ਕਾਹਤੋਂ ਇਹ ਦਿਲ ਨੂੰ ਬੰਦੇ ਦੇ ਲੱਗਾ ਹੀ ਬਹੁਤ ਸੀਗਾ ਤਾਂ ਕਰਕੇ ਕਹਿੰਦਾ ਰੀਜਨਲ ਰੱਖਣਾ ਰੀਜਨਲ 'ਚ ਜ਼ਿਆਦਾ ਖਰਚਾ ਆ ਆਹਾ ਕਹਿੰਦੇ ਨਹੀਂ ਹੁੰਦੇ ਜਿੱਦਾਂ ਆਪਰੇਸ਼ਨ ਕਰਕੇ ਕਿਡਨੀ ਦਾ ਹਜੇ ਛੇਦੀ ਬਦਲ ਹੋ ਜਾਂਦੀ ਹੈ ਜੇ ਉਹਨੂੰ ਕੈਮ ਕਰਨਾ ਬਹੁਤ ਟਾਈਮ ਲੱਗਦਾ ਖਰਚਾ ਵੀ ਜ਼ਿਆਦਾ ਉਹ ਚੀਜ਼ ਹੈ ਇਹ ਅੱਛਾ ਇਹਨੂੰ ਕੈਮ ਕਰ ਲਿਆ ਹੈ ਨਾ ਕੈਮ ਕਰ ਲਿਆ ਤੇ ਬਾਈ ਬਦਲੀ ਕੀ ਕਰਤਾ ਆਪਾਂ ਇੱਥੋਂ ਸ਼ੁਰੂ ਹੋ ਜਾਂਦੇ ਬੰਪਰ ਤੋਂ ਮਗਰ ਤੱਕ ਜਾਣਾ ਹੋਵੇ ਤਾਂ ਕੀ ਬਦਲੀ ਹੋ ਗਿਆ ਟਰੈਕਟਰ ਦਾ ਹੁਣ ਤੱਕ ਬਾਈ ਬਦਲੀ ਕੁਛ ਨਹੀਂ ਜ਼ਿਆਦਾ ਨਹੀਂ ਕੀਤਾ ਬਸ ਉਹ ਤਾਂ ਚੀਜ਼ਾਂ ਸੀ ਉਹ ਵੀ ਕੀ ਸੀ ਜਿੱਦਾਂ ਹੁਣ ਆਪਣਾ ਸਟੀਅਰਿੰਗ ਅਸੈਂਬਲੀ ਸੀ ਉਹ ਕਰੈਕ ਸੀਗੀ ਉਹ ਬੈਲਟ ਨਹੀਂ ਚੱਲ ਸਕਦੀ ਕਿਉਂਕਿ ਵਿੱਚ ਤੇਲ ਲੀਕ ਹੋਣਾ ਹੀ ਹੋਣਾ ਮੁੜ ਕੇ ਪਤਾ ਕੀ ਚੱਕਰ ਬਾਜੀ ਆਪਾਂ ਕੀ ਟਰੈਕਟਰ ਉਹਨੂੰ ਇਸੇ ਹਿਸਾਬ ਨਾਲ ਤਿਆਰ ਕੀਤਾ ਕਿ ਘਰ ਖੜਾ ਹਾਂ
ਦੁਬਾਰਾ ਜਵਾਨ ਹੋਇਆ ਜਿੰਨਾ ਕਹਿੰਦਾ ਆਪਾਂ 35 ਵਿੱਚ ਜਿਹੜੇ ਤੁਹਾਨੂੰ ਵੀਡੀਓ ਦਵਾਂਗੇ ਉਹ ਵਾਲੇ ਤੇ ਦੇਖੋ 35 ਤੋਂ ਵੀ ਵੱਧ ਜ਼ੋਰ ਆ ਕਿਉਂਕਿ ਇਹ ਪਹਿਲਿਆਂ ਤੋਂ ਵੀ ਮਸ਼ਹੂਰ ਆ ਨਾ ਜੇ ਇਹਦੇ ਡੈਫਰਮ ਵਾਲਾ ਜ਼ੋਰ ਬਹੁਤ ਮਾਰਦਾ ਰੇਟਰ 36 ਤੋਂ ਫੋੜ ਤੇ ਆ ਮੈਸੀ ਇਹਦੇ ਬਰੋਬਰ ਕੋਈ ਨੀ ਜੇ ਡੈਫਰਮ ਪਾੜ ਲਓ ਤੇ ਰੇਸ ਦੇ ਬਰੋਬਰ ਵੀ ਕੋਈ ਨੀ ਹੁਣ ਤਾਂ ਚਲੋ ਸਪਰਿੰਗ ਪਾਉਣ ਲੱਗ ਪਏ ਆ ਡੈਫਰਮ ਦੀ ਹਜੇ ਤੱਕ ਵੀ ਜਾਣੀ ਕੋਈ ਰੀਤ ਹੈ ਨੀ ਅੱਛਾ ਜੇ ਮੰਨ ਲਓ ਇਹਦੇ ਬਰੋਬਰ ਆਪਾਂ ਫੋੜ ਖੜਾ ਕਰ ਦਈਏ ਹਨਾ ਇਹਦਾ ਭਾਈ ਆ ਕਹਿ ਲਓ ਵੀ ਦੋਨੇ ਸ਼ੁਰੂ ਤਾਂ ਇੱਕੋ ਹੀ ਆ ਨਾ ਹਾਂ ਜਿੱਦਾਂ ਤੁਸੀਂ ਦੇ ਜਾਣੀ ਆ ਹਵਾ ਹੀ ਜਾਈ ਜਾਣੀ ਫਿਰ ਜਿੰਨਾ ਮਰਜ਼ੀ ਇਹ ਨਹੀਂ ਕਿ ਬਹਿ ਜਾਊਗਾ ਜੀ ਅੱਛਾ ਕਿ ਸਾਹ ਦੇਈ ਜਾਂਦੇ ਉਹਨੂੰ ਅੰਨਾ ਜਿੱਦਾਂ ਆ ਚੀਜ਼ ਬੰਦ ਹੋ ਗਈ ਜਿੱਦਾਂ ਜਿੱਦਾਂ ਰੇਸ ਦੇ ਜਾਣੀ ਖੁੱਲੀ ਜਾਣੀ ਹੁਣ ਅੱਜ ਕੱਲ੍ਹ ਵੀ ਟਰੈਕਟਰਾਂ ਦੇ ਹੁਣ ਤੁਸੀਂ ਦੇਖਿਓ ਬਹੁਤ ਮੋਡੀਫਿਕੇਸ਼ਨ ਹੋਣ ਡਿਆ ਪੰਪ ਫਿਰ ਡੈਫਰਮ ਲਾਉਂਦੇ ਆ ਉਹ ਇੰਨਾ ਕੁ ਲੱਗਦਾ ਨਾ ਉਹ ਫਿਰ ਦੁਬਾਰਾ ਉਹੀ ਉੱਥੇ ਕੀ ਦੁਨੀਆ ਤੁਰੀ ਫਿਰਦੀ ਆ ਅੱਛਾ ਹਾਂ ਉਹ ਸ਼ੁਰੂ ਇੱਥੋਂ ਹੁੰਦੀ ਆ ਸ਼ੁਰੂ ਇੱਥੋਂ ਹੁੰਦੀ ਆ ਫੇਰ ਲਿਆ ਕੇ ਉੱਥੇ ਲਿਆਓ ਹਾਂ ਕਿ ਯਾਰ ਇੱਕ ਹੋਰ ਸਿਸਟਮ ਵਿੱਚ ਬਾਈ ਕੀਤਾ ਐਤ ਕੀ ਇਹਨਾਂ ਨੇ ਕਿ ਬਾਈ ਬਾਈ ਨੂੰ ਭੁਲੇਖਾ ਪਹਿਲਾਂ ਲੱਗਾ ਕਹਿੰਦੇ ਥੱਲੇ ਖੜ ਕੇ ਸੈਲਫ ਮਾਰੋ ਇਹ ਸਟਾਰਟ ਨਹੀਂ ਹੁੰਦਾ ਬੰਦਾ ਹੈ ਇਹ ਕਾਹਤੋਂ ਇਹਦੇ ਵਿੱਚ ਬਾਈ ਸੀਟ ਵਿੱਚ ਸੈਂਸਰ ਲੱਗਾ ਹੋਇਆ ਅੱਛਾ ਠੀਕ ਹੈ ਤੁਸੀਂ ਇਹ ਸੀਟ ਪੁੱਛ ਕੇ ਦੇਖ ਲਿਓ 15,000 ਤੋਂ ਘੱਟ ਨਹੀਂ ਗਈ ਆਹ ਹਾਲੀ ਹਾਂਜੀ ਹਾਂਜੀ ਤੇ ਜਸਟ ਆਪਣੇ ਫਰੈਂਡਲੀ ਤੌਰ ਤੇ ਜਿੱਥੋਂ ਆਪਾਂ ਤਿਆਰ ਕਰਾਇਆ ਨੂਰਮਹਿਲ ਤੋਂ ਜਸ ਅੱਛਾ ਟਰਬੋ ਵਾਲੇ ਜਾਣਦੇ ਆ ਸਾਰੇ ਜਾਣੇ ਠੀਕ ਆ ਠੀਕ ਆ ਜੀ ਉਹਨੇ ਸਾਰਾ ਟਰੈਕਟਰ ਤਿਆਰ ਉਹਨੇ ਕੀਤਾ ਮੇਰਾ ਫਰੈਂਡ ਆ ਅਸੀਂ ਕਾਲਜ ਟਾਈਮ ਇਕੱਠੇ ਪੜ੍ਹਦੇ ਸੀ ਠੀਕ ਆ ਤੇ ਆਪਾਂ ਨੂੰ ਉਹਨੇ ਸੀਟ 4500 ਦਿੱਤੀ ਆ ਇੰਨੀ ਦੀ ਸਿੰਪਲ ਵੀ ਨਹੀਂ ਸੀਟ ਆਉਂਦੀ ਭਾਜੀ ਅੱਛਾ ਇਹ 4500 ਦੀ ਦਿੱਤੀ ਹੁਣ ਬਾਈ ਰੇਟ ਦੱਸਤਾ ਆ ਹੁਣ ਬੰਦਿਆਂ ਨੇ ਜਾ ਕੇ ਸਿਰ ਬਾਈ ਦਾ ਖਾਣਾ ਕਿ ਉਹ 4500 ਦੀ ਕਿਵੇਂ ਗਈ ਆ ਬਿਲਕੁਲ ਬਿਲਕੁਲ ਜੀ ਇਧਰ ਹੀ ਸੀਟ 15000 ਤੋਂ ਘੱਟ ਨਹੀਂ ਨਾਰਮਲ ਸੀਟ ਵੀ 4500 ਦੀ ਨਹੀਂ ਆ ਜਿੰਦੀ ਆਉਂਦੀ ਉਹਨੇ ਆਪ ਨੂੰ 4500 ਹੀ ਲਾ ਦਿੱਤੀ ਹੋਈ ਆ ਆਹਾਂ ਤੇ ਸੀਟ ਲਾ ਦੇ ਤੇ ਨਾਲ ਪਲੱਸ ਆ ਸੈਂਸਰ ਜਿਹਾ ਲਾਤਾ ਇਹਨੇ ਯਾਰ ਸੈਂਸਰ ਦਾ ਇੱਕ ਹੋਰ ਫਾਇਦਾ ਵੀ ਆ ਨਾ ਜਿੱਦਾਂ ਅੱਗੇ ਸੀਗਾ ਕਈਆਂ ਦੀ ਥਾਂ ਹੋ ਵੜਿਆ ਜਦੋਂ ਬੰਦਾ ਸੈਲਫ ਮਾਰਦਾ ਕਈ ਵਾਰ ਥੱਲੇ ਆਉਂਦਾ ਗੇਅਰ 'ਚ ਹੁੰਦਾ ਟਰੈਕਟਰ ਹੁਣ ਤਾਂ ਨਵੇਂ ਹਾਈਲੋ ਨਿਊਟਰਲ ਵਾਲੇ ਆਏ ਇਹ ਉਹਨਾਂ ਟਾਈਮਾਂ 'ਚ ਹੈ ਨਹੀਂ ਸੀ ਅੱਛਾ ਪੜ੍ਹੇ ਲਿਖਿਆ ਦਾਵਿਆਂ ਦਾ ਸੂਰਜਾਂ ਦਾ 26,000 ਨੂੰ ਲਿਖਿਆ ਐਡੀਸ਼ਨ 28 ਦਾ ਅਸੀਂ ਦਿੱਲੀਓ ਲਾਏ ਸੀ 200 ਰੁਪਏ ਦੋ ਟਰੈਕਟਰ ਪਾ ਕੇ ਹੁਣ ਤਾਂ 100 ਰੁਪਏ ਇੱਥੇ ਦਾ ਕਿਰਾਇਆ ਲੱਗ ਜਾਂਦਾ ਬਿਲਕੁਲ ਬਿਲਕੁਲ ਅੱਗੇ ਲਾਏ ਸੀ ਉੱਥੇ ਸਰੂੜੀ ਲਾਏ ਸੀ ਉਹ ਤੋਂ ਬਾਅਦ 27 ਸਕੋਟ 37 ਸਕੋਟ ਫਿਰ ਇੰਟਰ ਆਇਆ ਤਕੜੇ ਬੰਦੇ ਸੀ ਫੇਰ ਦੂਜੇ ਨੰਬਰ ਤੇ ਫਿਰ 3600 ਫੋੜ ਆਉਣ ਲੱਗ ਪਏ ਤਾਂ ਫਿਰ ਗਾਹ ਦਾ ਬਹੁਤ ਬਣ ਗਿਆ ਗਾਹ ਦਾ ਹੁਣ ਪਤਾ ਨਹੀਂ ਲੱਗਦਾ ਕਿਹੜਾ ਕਿਹੜਾ ਲੈਣ ਵਾਲਾ ਹੋਵੇ ਫਿਰ 10,000 ਰੁਪਏ ਦਾ ਟ੍ਰੈਕਟਰ ਹੋ ਜਾਣਾ ਚੱਕ ਹੋਣੇ ਦਾਤਿਆਂ ਦੇ ਛੱਪੜੇ ਸਾਹਮਣੇ ਹੁਣ ਕੋਠੀ ਪਈ ਆ ਆਹ ਚੀਜ਼ ਵਧੀਆ ਬਣ ਗਈ ਹੈ ਇਹ ਹਿਸਟਰੀ ਦੱਸਦੀ ਪੂਰੀ ਪਿਛਲੇ ਪਾਸੇ ਉਹ ਜਿਹਨਾਂ ਦੀ ਅਪਰ ਸਵੀਟ ਵੀ ਹੈ ਉਹਨਾਂ ਦੇ ਵਿੱਚੋਂ ਇਹ ਅੱਛਾ ਤੂੰ ਸਿੱਧੀ ਗੱਲ ਕਰ ਉਹਨਾਂ ਦੇ ਬਲਵੀਰ ਦਾ ਜੀ ਬਲਵੀਰ ਦਾ ਤਾਂ ਉਹਦਾ ਪੁਰਾਣੇ ਬੰਦੇ ਜਿਹੜਾ ਹੁਣ ਅਸੀਂ 60 ਸਾਲ ਦੇ ਹੋਏ ਆ ਤੁਹਾਡੇ ਚੌਂਕੇ ਦੇ ਸਾਡੇ ਪਿੰਡ ਦੇ ਚੌਂਕੇ ਦੇ ਅਜੋਗੇ 10-20 ਬੰਦੇ ਬੈਠੇ ਹੁੰਦੇ ਹੁਣ ਸਾਡੇ ਪਿੰਡ ਚੌਂਕੇ ਤਿੰਨ ਇੱਥੇ ਕੋਈ ਦਾਤੇ ਦੇ ਵਜੇ ਇਦਾਂ ਮਸ਼ਹੂਰ ਸੀ ਜਿਹੜਾ ਉਹਨਾਂ ਦਾ ਬਜ਼ੁਰਗ ਹੁੰਦਾ ਸੀ ਨਾ ਕਹਿੰਦੇ ਇਹਨਾਂ ਦਾ ਜਿਹੜਾ ਵੀ ਪਿੰਡ 'ਚ ਉਹਦੇ ਘਰੇ ਆ ਗਿਆ ਮੁੜ ਕੇ ਖਾਲੀ ਨਹੀਂ ਜਾਂਦਾ ਸੀਗਾ ਉਹਨੂੰ ਦਾਤਾ ਹੀ ਕਹਿੰਦੇ ਸੀਗੇ ਜੋ ਅਗਲੇ ਮੰਗਦੇ ਦੇਣਾ ਦਾਤਿਆਂ ਦੇ ਫੇਰ ਇਹਦੀ ਖੇਤੀ ਸਿਰਕੇ ਮਸਾਲੇ ਵੀ ਕੀਤੀ ਆ ਹਾਂਜੀ ਹਾਂਜੀ ਮੇਰੇ 3-4 ਭਰਾ ਸੀ ਮੁਣੀ ਹੁਣੀ ਮੁਣੀ ਲੜਕੀ ਸਾਡੇ ਪਿੰਡ ਵਿਆਹੀ ਉਹ ਬਾਰੇ ਨੂੰ ਹਾਂਜੀ ਹਾਂਜੀ ਤਾਂ ਮੈਨੂੰ ਦੱਸਦਾ ਵੀ ਮੈਨੂੰ ਪਤਾ ਵੀ ਵਧੀਆ ਚੀਜ਼ ਆ ਇਹ ਜਿਹੜਾ ਵਿੱਚ ਇਦਾਂ ਟਰੈਕਟਰ ਮੈਨੂੰ ਹਾਂਜੀ ਹਾਂਜੀ ਕੈਨੇਡੇ ਚ ਬੈਠੇ ਆ ਜਮੀਨ ਸਾਰੀ 40-45 ਖਿਲਾ ਦਿੱਤੀ ਬਾਪੂ ਜੀ ਤੁਹਾਨੂੰ ਕਿਹੜਾ ਪਸੰਦ ਆ ਟ੍ਰੈਕਟਰ ਤੁਹਾਨੂੰ ਕਿਹੜਾ ਪਸੰਦ ਇਹ ਤਾਂ ਹੁਣ ਦੇਖਣ ਨੂੰ ਵਧੀਆ ਪਰ ਟ੍ਰੈਕਟਰ ਉਹ ਆਪਣੇ ਬੈਤ ਮੁਤਾਬਕ ਚੱਕਦਾ 25 ਕਿਲੋ
ਇਹ ਜਗ੍ਹਾ 40 ਕਿਲੋ, ਉਹ ਜਗ੍ਹਾ 50 ਕਿਲੋ, ਮੈਂ ਜਗ੍ਹਾ 20 ਕਿਲੋ ਦੇਖ ਕੇ ਪਾ ਚੁੱਕੂ ਪੈਰ 'ਚ ਦੇ ਚਲ ਗਿਆ ਚਾਦਰ ਪੈਰ ਦੇਖ ਕੇ ਵਿਚਾਰੋ ਹਾਂਜੀ ਹਾਂਜੀ ਹੈ ਤੇ ਆਪਣੀ ਹਿੰਮਤ ਦੇਖੋ ਆਹ ਗੱਲ ਸਹੀ ਹੈ ਸਿਰੇ ਵਾਲੀ ਗੱਲ ਆ ਗਈ ਹੈ ਤਾਂ ਹੀ ਮੈਂ ਕਹਿੰਦਾ ਮੈਨੂੰ ਦੇਖ ਕੇ ਟਰੈਕਟਰ ਬਹੁਤ ਵਧੀਆ ਲੱਗਾ ਉਸ ਟਾਈਮ ਨਾਲ ਸਾਡੇ ਪਹਿਲਾਂ ਪਹਿਲਾਂ ਸੂਬੇ ਦਾ ਆਇਆ ਸੀ ਬੈਠੇ ਉਹ ਟਰੈਕਟਰ ਹੋ ਕੇ ਉਹ ਲੈਂਦਾ ਸੀ ਉਹਦੇ ਇੱਥੇ 12 ਇੱਥੇ ਸੀ ਅਤੇ ਉੱਧਰ ਸੀਗੇ ਤਾਂ ਵੇਚ ਕੇ ਉਹ ਵਾਲੇ ਪਾਸੇ ਮੁੰਡੇ ਵੇਚ ਕੇ ਲੈ ਲਈ ਪਹਿਲਾਂ ਮੈਸੀ ਹੁਣ ਲੈਂਦਾ ਤਾਂ ਉਹ ਤੋਂ ਬਾਅਦ ਲੈਂਦਾ ਗਰਮੇਲ ਹੋਣੀ ਪਲਾਂਟ ਵਾਲੇ ਆ ਹੁਣ ਤੇ ਕੋਈ 5 ਟਰੈਕਟਰ ਆ 5 ਮੇਰੇ ਭਤੀਜੇ ਕੋਲ ਜਗਤਾਰ ਕੋਲ ਬਸ ਜੀ ਹੁਣ ਇਹ ਆਪਣੀ ਨੈੱਟ ਤੇ ਆਉਣੀ ਹੈ ਵੀਡੀਓ ਕਹਿੰਦੇ ਨੇ ਪੁਰਾਣਾ ਖੁੰਡ ਆ ਅੱਜ 2 ਖੁੰਡ ਇਕੱਠੇ ਹੋਏ ਆ ਘੋੜੀ ਲਿਆਂਦੀ ਹਾਂਜੀ ਇੱਕ ਤਾਂ ਵਿਛੇਦੀ ਲਿਆਂਦੀ ਸਾਡੇ ਇੱਕ ਬੰਦੇ ਨੇ ਘੋੜੀ ਲੈ ਲਈ ਰੇੜਿਆ ਤੋਂ ਸਮਾਰਾ ਤੋਂ 20-30 ਹਜ਼ਾਰ ਨੂੰ ਉਹ ਵੀ ਘੋੜੀ ਸੀ ਇੱਕ ਘੋੜੀ 1.5 ਲੱਖ ਰੁਪਏ ਸ਼ੇਰਾ ਦਾ ਹਾਂਜੀ 10 ਲੱਖ ਰੁਪਏ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਵਧੀਆ ਮੈਂ ਦੇਖ ਕੇ ਬਹੁਤ ਹੌਸਲਾ ਹੋਇਆ ਕਿਸੇ ਵੇਲੇ ਟਰੈਕਟਰ ਦਾ ਨਾਂ ਸੀ ਜਿਹਦਾ ਸਾਡੇ ਦਾ ਟਰੇਡੀ 14 ਤਾਰੀਖ ਲੈਂਦਾ ਹਨਾ ਸੇਟੀ ਸੀ ਹਾਂਜੀ ਤਾਂ ਉਸ ਵੇਲੇ ਪੈਸੇ ਸੀ ਜਿਹੜਾ 7 ਹਲ ਖਿੱਚੀ ਜਾਂਦਾ ਅਸੀਂ ਉਹਨਾਂ ਸੁਆਗਾ ਦੇਣਾ ਹੈ ਹੋਰ 15-15 ਹਲ ਪਾ ਜਾਂਦਾ ਉਹ ਸਾਡੇ ਚਾਚੇ ਦੇ ਮੁੰਡੇ ਕੋਲ ਟਰੈਕਟਰ ਆ ਇੰਟਰ ਲੈਂਦਾ ਉਹਨੇ ਪਿਛਲਾ ਜਿੰਕੀ ਸਰਪੰਚ ਕੋਲ ਹਾਂਜੀ ਹੁਣ ਮੁੰਡੇ ਬਾਹਰ ਕਨੇਡਾ ਗਿਆ ਉਹਨੂੰ ਹੁਸ਼ਿਆਰਪੁਰ ਤੋਂ 15 ਹਲ ਲਿਆ ਕੇ ਭੇਜੇ ਆ ਨਹੀਂ ਦੇਖ ਲਿਓ ਇੰਟਰ ਮਾਰ ਪਾਇਓ ਆ ਹੁਣ ਤਾਂ ਕੋਈ ਰਾਹ ਨਹੀਂ ਰਾਹ ਲੰਘਦਾ ਨਹੀਂ ਟਰੈਕਟਰ ਤਾਂ ਚੱਕ ਚੱਕ ਚੰਗਾ ਜੀ ਧੰਨਵਾਦ ਜੀ ਲਓ ਜੀ ਗੱਲਬਾਤ ਹੋ ਗਈ ਹੈ ਤੇ ਲਓ ਜੀ ਬਾਕੀ ਤਾਂ ਬਾਪੂ ਜੀ ਨੇ ਗੱਲਾਂ ਕਰਤੀਆਂ ਸਾਰੀਆਂ ਹਾਂਜੀ ਸਰ ਵੀ ਕਿਹਦਾ ਸਟੀਅਰਿੰਗ ਦੂਜਾ ਚੇਂਜ ਕੀਤਾ ਕਿ ਉਹ ਕ੍ਰੈਕ ਸੀ ਕਰਕੇ ਆਪਾਂ ਨਹੀਂ ਚਾਹੁੰਦੇ ਸੀ ਕਿ ਇਹਦੇ ਵਿੱਚ ਲੀਕੇਜ ਬਾਅਦ ਚੋਂ ਆਪਣੀ ਪ੍ਰੋਬਲਮ ਰਹੇ ਲੀਕੇਜ ਦੀ ਕੋਈ ਕੋਠੀ ਜਿਹੜਾ ਜਦੋਂ ਆਪਣੇ ਹਰੇਕ ਨੇ ਦੇਖਣਾ ਹੋਊਗਾ ਉਹ ਲੀਕੇਜ ਸਭ ਤੋਂ ਮੈਟਰ ਉਹ ਕਰਦੀ ਕਿ ਲੀਕੇਜ ਨਹੀਂ ਸਾਨੂੰ ਟਰੈਕਟਰ ਚਾਹੀਦਾ ਯਾਰ ਉਹ ਖੜਾ ਆ ਹਾਂ ਯਾਰ ਜਿਹੜੀ ਤਵੇਲੇ ਚ ਹਾਂ ਘੋੜੀ ਤਵੇਲੇ ਖੜੀ ਆ ਬਿਲਕੁਲ ਬਿਲਕੁਲ ਪਰ ਦੂਜਾ ਨੰਬਰ ਲੋਹੇ ਦਾ ਭਾਗ ਹੁੰਦਾ ਆ ਲੀਲਾ ਆ ਉਹ ਬੰਦੇ ਪੱਠੇ ਤੋਂ ਸਟਾਰਟ ਹੋ ਜਾਂਦੇ ਸੀ ਹੋਣੇ ਹੋਣੇ ਲੋਨ ਲੈ ਕੇ 3600 ਟਰੈਕਟਰ ਲਿਆ ਉਹਨੇ ਵੇਚਿਆ ਨੇ ਕੋਠੇ ਤੇ ਖੜਾ ਕੀਤਾ ਆ ਸੁੱਖ ਕੀ ਬਣ ਗਿਆ ਹੁਣ ਆਪਾਂ ਨੂੰ ਤੋਰਾ ਵੱਧ ਗਿਆ ਹਾਂ ਜਿੱਦਾਂ ਹੁਣ ਅੱਗੇ ਕਹਿੰਦੇ ਪੁਰਾਣਾ ਬੁੜਾ ਜਿਹਾ ਹੋਲੀ ਜਾਂਦਾ ਹੁਣ ਨਵਿਆਂ ਦੇ ਬਰੋਬਰ ਜਾਂਦਾ ਅਗਲਾ ਉਹ ਤਾਂ ਬਾਪੂ ਹੋਰ ਵੀ ਨਵੇਂ ਦਾ ਬਰੋਬਰ ਜਾਂਦੇ ਉਹੀ ਗੱਲ ਹੈ ਕੱਚੂ ਕਮੇ ਤੋਂ ਥੋੜੇ ਵਿਚਰੀ ਪਰ ਇੱਕ ਚੀਜ਼ ਮੰਨ ਲਓ ਬਾਈ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਸੀਗੀਆਂ ਹਾਂ ਅਕਲ ਕਰ ਗਏ ਹਾਣੀ ਸੀ ਦੋਨੇ ਆਹੀ ਇੱਕ ਆ ਪਿੰਡਾਂ 'ਚ ਆਹ ਚੀਜ਼ ਆ ਵੀ ਕਿਸੇ ਨੂੰ ਕੋਈ ਹੈ ਨਹੀਂ ਵੀ ਤੇ ਦੇ ਨਾਲ ਰੁਕਦੇ ਆ ਕੀ ਯਾਰ ਫੇਰਾਂ 'ਚ ਆਹ ਚੀਜ਼ਾਂ ਹੈ ਨਹੀਂ ਇਹ ਟਰੈਕਟਰਾਂ ਦੇ ਨਾਲ ਦੇਖ ਲਓ ਹਾਂ ਤੇ ਦੇਖ ਲਓ ਤੇ ਆ ਪਿਛਲੇ ਭਾਜੀ ਆ ਚੀਜ਼ਾਂ ਨਾ ਛੱਡ ਗਈਆਂ ਸੀਗੀਆਂ ਅੱਛਾ ਵੀ ਉਹ ਦੂਜਾ ਆਪਣੇ ਲਾਉਂਦੇ ਸੀਗੇ ਕਰਕੇ ਆ ਸਭ ਰੈਮ ਚੇਂਜ ਕੀਤੀ ਗਲ ਗਏ ਸੀ ਨਾ ਤੁਸੀਂ ਦੇਖੇ ਵੀਡੀਓ 'ਚ ਬਾਈ ਹੁਣ ਤੱਕ ਉਦਾਂ ਟਰੈਕ ਘਰ ਦੇ ਵਿੱਚ ਟਰੈਕਟਰ ਕਿਹੜੇ ਕਿਹੜੇ ਸੀਗੇ ਇਦੂ ਇਲਾਵਾ ਇਹਨਾਂ ਨੇ ਭਾਜੀ ਇੱਕ ਇਹ ਸੀਗਾ ਜੀ ਇਸ ਤੋਂ ਬਾਅਦ ਚੋਂ 855 ਵੀ ਸੀ ਅੱਛਾ ਠੀਕ ਆ ਜੀ 855 ਤੋਂ ਬਾਅਦ ਚੋਂ ਹੋਟਲੈਂਡ ਲਿਆ ਉਹਨਾਂ ਨੇ 4710 ਅੱਛਾ ਠੀਕ ਆ ਤੇ ਮੁੜ ਕੇ ਫਿਰ ਉਹ ਆਪ ਕੈਨੇਡਾ ਚਲੇ ਗਏ ਭਾਜੀ ਅੱਛਾ ਹਾਂਜੀ ਹਾਂਜੀ ਮੇਰੇ ਬ੍ਰਦਰ ਨੇ ਲਓ ਆ ਜਿੱਦਾਂ ਤੇ ਉਹ ਕਹਿੰਦੇ ਸੀਗੇ ਟਰੈਕਟਰ ਤਿਆਰ ਕਰਾਉਣਾ ਆਪਾਂ ਕਿ ਟਰੈਕਟਰ ਤਿਆਰ ਜ਼ਰੂਰ ਕਰੋ ਕੋਠੀ 'ਚ ਖੜਾ ਕਰਨਾ ਮੁੜ ਕੇ ਇਹ ਨਾ ਕੋਈ ਕਵੇ ਆ ਕੇ ਕਰਾ ਕੇ ਲਿਆਂਦਾ ਹੋਰ ਨਾ ਬੁਰਸ਼ ਵਾਲਾ ਚੀਜ਼ ਹੋਵੇ ਭਾਜੀ ਫੀਲਿੰਗ ਉਹ ਲਾਂਬੇ ਤੋਂ ਡਰ ਲੱਗਦਾ ਆਪਣਾ ਹੋਵੇ ਬੰਦਾ ਕੋਈ ਚੱਕਰ ਨਹੀਂ ਜੇ ਕਿਸੇ ਨੇ ਭਰਾ ਕਹਿ ਕੇ ਗਿਆ ਹੋਵੇ ਉਹ ਬੰਦਾ ਸੋਚਦਾ ਵੀ ਕੱਲ ਇਹ ਨਾ ਸੋਚੇ ਵੀ ਇਹ ਵਿੱਚੋਂ ਉਹ ਕੱਢ ਲਿਆ ਆ ਆਹਾ ਤੇ ਯਾਰ ਇੱਕ ਤੁਸੀਂ ਇਹਦਾ ਫਿਲਟਰ ਵੀ ਚੇਂਜ ਨਹੀਂ ਕਰਿਆ ਹਨਾ ਸੇਮ ਜੈਨੂਅਲ ਸੇਮ ਰੀਜਨਲ ਸਲਾਂਸਰ ਦਾ ਅਲਟੀਨੇਟਰ ਸੈਲਫ ਹਾਂ ਇਹ ਵੀ ਜੇ ਹਾਰਨ ਵੀ ਉਹੀ ਆ ਪਹਿਲੇ ਨਾਲ ਦੇ ਟੀ ਵਾਲਾ ਵੈਸੇ ਭਾਈ ਜੇ ਆਪਾਂ ਇਸ ਟਰੈਕਟਰ ਦੀ ਉਦਾਂ ਸਿਫਤ ਕਰਨੀ ਹੋਵੇ ਹਨਾ ਸਾਰੇ ਪਾਸਿਓਂ ਇਹ ਕਿਹੜੇ ਕੰਮ ਨੂੰ ਸਿਰਾ ਟਰੈਕਟਰ ਹੈ ਇਹ ਸਭ ਤੋਂ ਵਧੀਆ ਹੈਗਾ ਬਣਾਈ ਲਈ ਤੇ ਕੱਪ ਲਾਉਣੀ ਆ ਦੇਖ ਲਓ
ਆ ਪਲਾਓ ਪਹਿਲੀਆਂ ਚ ਖਿੱਚਦਾ ਹੁੰਦਾ ਸੀਗਾ ਅੱਛਾ ਪਿੱਛੇ ਉਹ ਲੋਗੋ ਬਣਿਆ ਹੀ ਆਉਂਦਾ ਆ ਮੈਸੀ ਨੂੰ ਤੇ ਦੂਜਾ ਇਹ ਆ ਇਹਦੀ ਕਟਾਈ ਸਭ ਤੋਂ ਜ਼ਿਆਦੀ ਆ ਹਾਂ ਤੇ ਇੱਕ ਸਟੀਅਰਿੰਗ ਬੋਰ ਵਾਲਾ ਨਾਰਮਲ ਆਪਣੇ ਦਬਾਬੇ ਚ ਕੀ ਆ ਆਲੂ ਬੀਜਦੇ ਗੰਨਾ ਬੀਜਦੇ ਹਾਂ ਤੁਸੀਂ ਇਹਦੀ ਸਟੀਅਰਿੰਗ ਘੁਮਾ ਕੇ ਦੁਬਾਰਾ ਪੰਜ ਜਿੱਦਾਂ ਪਿੱਛੇ ਪੱਟਾ ਦੇ ਕਰ ਪਾਏ ਹੋਇਆ ਬਿਲਕੁਲ ਨਾਲ ਹੀ ਦੁਬਾਰਾ ਤੁਹਾਨੂੰ ਲੋੜ ਨਹੀਂ ਕਿ ਬ੍ਰੇਕਾਂ ਮਾਰਨ ਦੀ ਵੀ ਮੋੜ ਕੇ ਦੁਬਾਰਾ ਪੋਸੇ ਜੀ ਸਿੱਟਣਾ ਹਾਂ ਤੁਸੀਂ ਕਟਾਈ ਕਰਕੇ ਜੋ ਦੇਖੋਗੇ ਫੇਰ ਪਤਾ ਲੱਗ ਜਾਂਦਾ ਹਾਂ ਇਹ ਸਭ ਤੋਂ ਕਹਿੰਦੇ ਯਾਰ ਕਟਾਈ ਵਾਲੀ ਹੈ ਇਹਦੀ ਇਹਦੀ ਆਪਣੇ ਅੱਜ ਕੱਲ ਲੈਫਟ ਵੀ ਬਹੁਤ ਸਭ ਤੋਂ ਵਧੀਆ ਇਹਦੀ ਲੈਫਟ ਮੰਨੀ ਗਈ ਇਹਦੀ ਇੱਕ ਫੋੜ ਦੀ ਅੱਜ ਤਾਂ ਇਹਨੇ ਨਾ ਜਣੀ ਸੈਂਸਰ ਚੱਕਦਾ ਸੈਂਸਿੰਗ ਇੰਨੀ ਇਹਨਾਂ ਦੀ ਫੋੜ ਦੀ ਤੇ ਮੈਸੀ ਦੀ ਲੈਫਟ ਦੀ ਜਿੱਥੇ ਤੁਸੀਂ ਕੋਈ ਟਿਕਾਤਾ ਮਤਲਬ ਥੋੜੀ ਤੁਸੀਂ ਭਾਵੇਂ ਹੱਥ ਚੜ ਕੇ ਚਲਾਈ ਚਲੋ ਸੇਮ ਰਹੂਗੀ ਸਭ ਤੋਂ ਵੱਧ ਇਹਦੀ ਆ ਹਾਂ ਤੇ ਨਹੀਂ ਦੂਜੀ ਗੱਲ ਭਾਜੀ ਅੱਜ ਟਰੈਕਟਰ ਤਾਂ ਜ਼ਰੂਰ ਵੱਡਿਆ ਗਿਆ ਆਪਾਂ ਕੋਈ ਨੋ ਡਾਊਟ ਕਿ ਵਧੀਆ ਨੇ ਕਿ ਵਧੀਆ ਆਪਰੇਟ ਆ ਪਰ ਜਿੱਦਾਂ ਹੁਣ ਆਪਾਂ ਗੰਨੇ ਵੀ ਦੇ ਆਲੂ ਵੀ ਦੇ ਜਦੋਂ ਇਹਨਾਂ ਬਣਾਈ ਕਰੋਗੇ ਨਾ ਭਾਜੀ ਅੱਧਾ ਤੁਹਾਡਾ ਸੇਫ ਉੱਥੇ ਪੈਸੇ ਮਨੀ ਕਰ ਜਾਂਦਾ ਕਿਉਂਕਿ ਇਹ ਬਣਾਈ ਨਹੀਂ ਕਰਦੇ ਗੰਨੇ ਹਲਕਾ ਹੋਣ ਦੇ ਬਾਵਜੂਦ ਉਹ ਜਿੱਦਾਂ ਨਹੀਂ ਤਾਂ ਇੱਕ ਵਾਰ ਟਰੈਕਟਰ ਲਗਾ ਦਿਓ ਗੰਨਾ ਖਤਮ ਇਹ ਦੁਬਾਰਾ ਇੰਨਾ ਹਲਕਾ ਆ ਗੰਨਾ ਉੱਪਰ ਭੱਜੂਗਾ ਜ਼ਰੂਰ ਪਰ ਦੁਬਾਰਾ ਥੱਲੇ ਨਿਕਲੂਗਾ ਆਲੂ ਜਿੱਦਾਂ ਹੁਣ ਆਲੂ ਦੀ ਬਣਾਈ ਕਰਦੇ ਹਾਂ ਆਲੂ ਇੱਕ ਵਾਰੀ ਛੈਲ ਹੋ ਗਿਆ ਭਾਜੀ ਡੈਡ ਇਹਨਾਂ ਨੇ ਆਲੂ ਛੈਲਣਾ ਨਹੀਂ ਦਿਨ ਲੰਘ ਜਾਣਾ ਤੇ ਆਲੂ ਵੀ ਤੁਹਾਡਾ ਸੇਫ ਰਹੂਗਾ ਯਾਨੀ ਪੂਰੀ ਤੁਹਾਡੀ ਫਸਲ ਸੈਡਾਂ ਦੀ ਫਸਲ ਨਹੀਂ ਮਾਰਦੀ ਇਹ ਤਾਂ ਤੁਸੀਂ ਅੱਜ ਕੱਲ੍ਹ ਦੇਖ ਲਓ ਜਿਹੜੇ ਵੱਡੇ ਟਰੈਕਟਰ ਰੱਖੇ ਆ ਸੈਡਾਂ ਵਾਲੇ ਜਿਹੜੇ ਪੰਜ ਸਿਆੜ ਹੁੰਦੇ ਅੱਧੇ ਵੀ ਨਹੀਂ ਹੁੰਦੇ ਅੱਧੇ ਵੀ ਨਹੀਂ ਕਹਿੰਦੇ ਨੇ ਪਹਿਲਾਂ ਬੋਲ ਦੇ ਰੱਖੇ ਹੁੰਦੇ ਸੀ ਬੋਲ ਦਾ ਨਾਲ ਜਿਹੜੇ ਪੰਜ ਸਿਆੜਾਂ ਦੇ ਨਾਲ ਹੀ 25-30 ਕੁਇੰਟਲ ਦਾ ਫਰਕ ਪੈਂਦਾ ਸੀ ਤੇ ਉਹ ਚੀਜ਼ ਹੈ ਇੱਥੇ ਬੋਲਦੀ ਆ ਬੋਲਦੀ ਹੈ ਵੀ ਬੋਲਦੀ ਆ ਇਹ ਬੋਲਦੀ ਆ ਤਾਂ ਮੀਟਰ ਬਦਲ ਦੇ ਫਿਰ ਕਿ ਨਹੀਂ ਨਹੀਂ ਭਾਈ ਮੀਟਰ ਨਵੇਂ ਕਿਉਂਕਿ ਤੁਸੀਂ ਦੇਖ ਲਓ ਹਾਲ ਡੈਡ ਵਾਲੀ ਹਾਲਤ ਸੀ ਭਾਜੀ ਹਾਂ ਤੇ ਯਾਰ ਇੱਕ ਚੀਜ਼ ਭਾਈ ਹੋਰ ਦੇਖੀ ਹੈ ਹਾਂ ਮੈਂ ਹੁਣ ਨਾ ਇਹ ਚੀਜ਼ ਤੁਸੀਂ ਮਿਸ ਕਰੋਗੇ ਸਾਰੇ ਟਰੈਕਟਰਾਂ ਦੇ ਉੱਤੇ ਮੈਂ ਛੋਟੇ ਹੁੰਦੇ ਇਹ ਚੀਜ਼ ਦੇਖੀ ਸੀ ਅੱਜ ਬਹੁਤ ਟਾਈਮ ਬਾਅਦ ਦੇਖੀ ਕਿ ਫੱਟਾ ਲਾਇਆ ਵਿੱਚੇ ਹੈ ਮੈਂ ਵੀ ਹੋਈ ਦੇਖੀ ਦਾ ਹੁੰਦਾ ਹੈਨਾ ਕਿ ਫੱਟਾ ਲੱਗਣਾ ਚਾਹੀਦਾ ਮਗਰ ਦੀ ਓਦਾਂ ਪਾਨਾ ਪਾ ਕੇ ਬੰਨ ਲੈਣਾ ਬਾਪੂ ਹੁਣਾਂ ਨੇ ਬਿਠਾ ਕੇ ਬੈਲਟ ਲਾ ਲੈਣੇ ਆਹ ਜੀ ਮੈਂ ਹੁਣ ਤੱਕ ਕਿਸੇ ਹੋਰ ਟਰੈਕਟਰ ਤੇ ਅੱਜ ਕੱਲ ਨੀ ਦੇਖੀ ਨਹੀਂ ਗੀ ਪਰ ਆਹ ਦੇਖ ਕੇ ਲਵਾਉਣਗੇ ਹਾਂ ਜਿਹਨਾਂ ਜਾਂ ਪੁਰਾਣੇ ਸਾਂਭੇ ਆ ਉਹਨਾਂ ਦੇ ਆ ਕਿਉਂਕਿ ਅੱਜ ਰੰਡ ਪਾ ਤੋਂ ਪਤਾ ਨਹੀਂ ਫੱਟਾ ਕੀ ਹੁੰਦਾ ਅੱਜ ਹੱਡ ਪਤਾ ਹੱਡ ਹੁੰਦੀ ਹੱਡ ਹੁੰਦੀ ਇਹ ਉਹ ਚੀਜ਼ ਆ ਫੱਟਾ ਆ ਹੁਣ ਜਿੱਥੇ ਇੰਨੇ ਲਾ ਲੈ ਹੁੱਡ ਨੂੰ ਕਿਹੜਾ ਬਹੁਤ ਸੀ 10-15 ਰੂ ਲੱਗ ਜਾਂਦਾ ਹਲੇ ਰੀਝ ਆ ਐ ਰੀਝ ਨਾਲ ਰੱਖਣਾ ਤੇ ਫਿਰ ਪਿੱਛੇ ਕੀ ਕੀ ਬਦਲੀ ਕਰਤਾ ਫਿਰ ਇਹ ਤਾਂ ਪਿੱਛੇ ਵੀ ਕੁਝ ਨਹੀਂ ਬਦਲਿਆ ਨਹੀਂ ਭਾਜੀ ਆ ਲਿੰਕਾਂ ਪਹਿਲਾਂ ਦੀ ਹੁਣ ਕਰ ਗਿਆ ਤੇ ਲਿੰਕਾਂ ਖਰਾਬ ਹੋ ਗਈਆਂ ਸੀ ਅੱਛਾ ਜਿੱਦਾਂ ਉਹ ਬਿਲਡਿੰਗ ਸਿੱਖੀ ਕੀਤੀ ਹੋਈ ਅੱਛਾ ਉਹਨੂੰ ਚੇਂਜ ਕਰਾਉਣੇ ਵਧੀਆ ਕੀਤਾ ਅੱਛਾ ਉਹ ਵੀ ਚੇਂਜ ਹੋ ਗਈਆਂ ਉਦਾਂ ਜਾਣੀ ਕਿ ਵੱਧ ਤੋਂ ਵੱਧ ਰੀਝ ਨਾਲ ਰੱਖਿਆ ਨਾਲ ਹਾਂ ਯਾਨੀ ਲਿੰਕਾਂ ਉਹ ਵੀ ਕੰਮ ਨਹੀਂ ਸੀ ਭਾਜੀ ਕਿਸੇ ਤੇ ਤੁਹਾਨੂੰ ਦੱਸਿਆ ਉਦਾਂ ਜੀ ਸਸਤੀ ਆ ਜਿਹੜੀ ਇਹ ਓਰੀਜਨਲ ਰੱਖਣੀ ਉਹ ਜ਼ਿਆਦਾ ਮਹਿੰਗਾ ਪੈਂਦਾ ਬਹੁਤ ਪੈਂਦਾ ਮਹਿੰਗਾ ਆ ਐ ਕਿ ਕੋਈ ਬ੍ਰੇਕਰ ਨੂੰ ਛੇੜਛਾੜ ਨਹੀਂ ਕਰੀਓ ਕਿਸੇ ਹੋਰ ਚੀਜ਼ ਨੂੰ ਛੇੜਛਾੜ ਨਹੀਂ ਕਰੀ ਤਾਂ ਦੱਸਿਆ ਜਿੰਨਾ ਇਹ ਸਾਡੇ ਆਪਣਾ ਲੱਗਾ ਆ 4,10,000 ਜੇ ਆਪਾਂ ਆਮ ਅੱਜ ਦੇ ਟਾਈਮ 'ਚ ਤਿਆਰ ਕਰਨਾ ਹੁੰਦਾ ਮੋਡੀਫਿਕੇਸ਼ਨ ਕਰਕੇ 2,50,000 ਦਾ ਖਰਚਾ ਸੀ ਉਸ ਤੋਂ ਵੱਧ ਇਹੀ ਚੀਜ਼ ਤੇ ਲੱਗੇ ਬਸ ਇਹਦੇ ਹੀ ਕਿਉਂ ਇਹ ਹੈ ਕਿ ਜੋ ਮਰਜ਼ੀ ਕਹਿ ਲਓ ਕਿ ਭਾਈ ਜੱਟਾਂ ਕੋਲੇ ਪੈਸੇ ਵਾਧੂ ਨੇ ਵਾਧੂ ਵਾਧੂ ਅਜੰਦਾ ਦੇਖੋ ਤਾਂ ਬਿਜਲੀ ਅੱਛਾ ਆ ਸੱਚ ਉਦੋਂ ਦਾ ਹੀ ਰੰਗ ਮਾਰਤਾ ਉੱਤੇ ਹੈ ਇਹਨੂੰ ਆ ਵੀ ਦਿਖਾ ਦਿਓ ਇੱਥੇ ਟੂਣਾ ਵੀ ਕਰਦੇ ਆ ਹੈ ਅੱਛਾ ਇਹ ਯਾਰ ਇਹ ਪਿੰਡ ਆ ਇਹ ਪਿੰਡਾਂ ਦਾ ਆ ਨਿਸ਼ਾਨੀਆਂ ਬਹੁਤ ਕੁਛ ਆ ਬਾਈ ਉਰੇ ਇਹ ਮਤਲਬ ਐ ਆ ਬਾਈ ਜੱਟਾਂ ਕੋਲੇ ਇਹ ਨਾ ਕਿਹਾ ਕਰੋ ਕਿ ਪੈਸਾ ਵਾਧੂਆ ਜੱਟਾਂ ਕੋਲੇ ਪਿਆਰ ਵਾਧੂਆ ਪਿਆਰ ਵਾਧੂ ਰੀਝ ਵਾਧੂਆ ਆਪਦੇ ਸੰਦਾਂ ਸੇੜਿਆਂ ਦੇ ਲਈ ਲੋਹੇ ਦੇ ਲਈ ਟਰੈਕਟਰਾਂ ਦੇ ਲਈ ਕਿਸੇ ਦੇ ਪੇ ਵਰਗਾ ਆ ਕਿਸੇ ਦੇ ਪੁੱਤ ਵਰਗਾ ਆ ਉਹ ਚੀਜ਼ਾਂ ਇਹ ਜਾਣੀ ਫੈਮਲੀ ਵਾਲੀ ਚੀਜ਼ ਆ ਜਾਂਦੀ ਆ ਨਾ ਮੇਰੇ ਵੀਡੀਓ ਦਿਖਾਉਣ ਦਾ ਮੇਰੇ ਮਤਲਬ ਇਹ ਨਹੀਂ ਹੁੰਦਾ ਕਿ ਬਾਈ ਕਿ ਕਿਸੇ ਬੰਦੇ ਤੋਂ ਆਪਾਂ ਪੈਸੇ ਲੈਣੇ ਜਾਂ ਪੈਸੇ ਨੈੱਟ ਤੋਂ ਕਮਾਉਣੇ ਨੇ ਇਹ ਸਾਡੀ ਫੀਲਿੰਗ ਹੈ ਬਾਈ ਜਿਹੜੇ ਬੰਦੇ ਨੇ ਤਿਆਰ ਕਰਾਏ ਉਹਦੀ ਫੀਲਿੰਗ ਆ ਇਹ ਉਹਨੂੰ ਪਤਾ ਜਿੱਦਣ ਤੁਸੀਂ ਕਰੋਗੇ ਤੁਹਾਨੂੰ ਵੀ ਪਤਾ ਲੱਗ ਜਾਣਾ ਅਤੇ ਵੀਡੀਓ ਮੁਕਾਈਏ ਹੈ ਵੀ ਲੰਬੀ ਹੋ ਗਈ ਲੰਬੀ ਹੋ ਗਈ ਇਹ ਗੱਲ ਬਾਜੀ ਹੈ ਜਿਹਨੇ ਵੀ ਦੂਜਾ ਕਰਾਉਣ ਕੋਈ ਵੀ ਦੂਜਾ ਕਰਨਾ ਹੋਵੇ ਇਨਕੁਆਇਰੀ ਕਰਨੀ ਹੋਵੇ ਜਿਹਨਾਂ ਨੂੰ ਕਈਆਂ ਰੀਝ ਹੁੰਦੀ ਆ ਹੁਣ ਕਈ ਜਣੇ ਬਜਟ ਮਨੇ ਹੁਣ ਇਹਨਾਂ ਨੇ ਕਿਹਾ ਸੀਗਾ ਕਿ ਬਜਟ ਤੋਂ ਹੀ ਕਹਿੰਦੇ ਬਜਟ ਦਾ ਕੋਈ ਚੱਕਰ ਨਹੀਂ ਜਦੋਂ ਉਹਨੇ ਸਾਰੇ ਪਾਸੇ ਫੋਨ ਕਰਵਾਇਆ 5+ ਤੋਂ ਸਟਾਰਟਿੰਗ ਹੁੰਦਾ ਸੀ ਠੀਕ ਆ ਆਪਣਾ ਉਹ ਫਰੈਂਡ ਆ ਉਹਨੂੰ ਕਿ ਇਹੀ ਕਿਹਾ ਸੀਗਾ ਕਿ ਘਰ ਦਾ ਟਰੈਕਟਰ ਤਿਆਰ ਕਰਨਾ ਜਿੱਦਾਂ ਜੈਨੂਅਲ ਦੱਸੀ ਜੋ ਵੀ ਤੇ 4,10,000 ਦਾ ਭਾਜੀ ਜੇ ਕਹਿੰਦਾ ਉਹ ਕਹਿੰਦਾ ਜੇ ਕੋਈ ਫਿਟਨੈਸ 'ਚ ਹੋਰ ਕੋਈ ਕਰ ਜੂਗਾ ਜਦੋਂ ਮਰਜ਼ੀ ਆ ਕੇ ਇੱਕ ਆਪਣਾ ਇਹਦਾ ਭਰਾ ਵੀ ਆ ਤਿਆਰ ਕੀਤਾ ਉਹਦੀ ਵੀਡੀਓ ਵੀ ਪਾਉਣੀ ਆਪਾਂ ਗੁਰੀ ਵਾਲੇ ਦੀ ਛੇਤੀ ਪਾ ਦਿੰਦੇ ਆ ਛੇਤੀ ਫੋੜ ਫੋੜ ਟੂਣਾ ਕੀਤਾ।